ਆਪਣੀ ਇੱਛਾ ਦੇ ਅਕੋਰਡਿੰਗ ਤੁਸੀਂ ਚੜ ਸਕਦੇ ਹੋ ਕੋਈ ਵੀ ਜਹਾਜ਼, ਕੈਨੇਡਾ ਨੂੰ ਆ ਜਾਊਗਾ ਸਾਡਾ। ਪਹਿਲਾਂ ਜਹਾਜ਼ ਲੈ ਲਈਏ, ਕਿਹੜਾ ਲਵੇਗਾ ਜੀ? ਜਿਹੜਾ ਕੈਨੇਡਾ ਅਮਰੀਕਾ ਵੀ ਜਾਂਦਾ। ਹਾਂ, ਸਾਰੇ ਕਿਤੇ ਜਾਂਦਾ ਜਹਾਜ਼, ਆਪਣੀ ਪਸੰਦ ਦੇ, ਵੱਡਾ ਵੀ ਆ ਛੋਟਾ ਵੀ ਆ ਸਾਰੇ ਮਿਲ ਜਾਂਦੇ ਨੇ ਵੀਰ ਕੋਲ, ਵੱਡੇ ਵੀ ਹੈਗੇ ਨੇ ਵੀਰੇ। ਜਹਾਜ਼ ਤਾਂ ਕੋਈ ਵੀ ਚੜ ਸਕਦੇ ਆ, ਹੈ ਆਪਣੀ ਇੱਛਾ ਦੇ ਅਕੋਰਡਿੰਗ ਤੁਸੀਂ ਚੜ ਸਕਦੇ ਹੋ ਕੋਈ ਵੀ ਜਹਾਜ਼। ਕੈਨੇਡਾ ਨੂੰ ਆ ਜਾਊਗਾ ਸਫਾਰੀ ਵਾਲਾ, ਸਫਾਰੀ ਵਾਲਾ ਇਕੱਲੇ ਵਾਲਾ ਹੈ ਜੀ, ਇਕੱਲੇ ਬੰਦੇ ਨੇ ਜਾਣਾ, ਜਿਸ ਲੋਕਾਂ ਨਾਲ ਘੁੰਮਣ ਜਾਣਾ ਤਾਂ ਵੱਡਾ ਮਿਲ ਜੂਗਾ, ਇਹ ਵਿਦ ਫੈਮਿਲੀ ਆ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਅਤੇ ਅੱਜ ਆਪਾਂ ਪਹੁੰਚੇ ਹਾਂ ਜਲੰਧਰ ਦੇ ਨੇੜੇ ਬਾਬਾ ਨਿਹਾਲ ਸਿੰਘ ਗੁਰਦੁਆਰਾ ਸਾਹਿਬ, ਜਿੱਥੇ ਜਹਾਜ਼ ਚੜ੍ਹਦੇ ਨੇ ਅਤੇ ਮਨੋਕਾਮਨਾ ਮਨ ਦੀਆਂ ਪੂਰੀਆਂ ਹੁੰਦੀਆਂ ਨੇ, ਸਾਰੀਆਂ ਸੁੱਖਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਅਤੇ ਇੱਥੇ ਇੱਦਾਂ ਦੇ ਜਹਾਜ਼ ਚੜ੍ਹਦੇ ਨੇ ਅਤੇ ਜਿਹੜੇ ਬੰਦੇ ਦਾ ਵੀਜ਼ਾ ਲੱਗ ਗਿਆ ਹੁੰਦਾ ਉਹ ਆਪਣੀ ਸੁੱਖ ਪੂਰੀ ਪੂਰੀ ਕਰਕੇ ਜਾਂਦਾ, ਜਿਹਨੇ ਆਪਣੀ ਫੈਲ ਲਾਉਣੀ ਹੁੰਦੀ ਆ, ਫੈਲ ਨਹੀਂ ਲੱਗ ਰਹੀ ਉਹ ਇੱਥੇ ਆ ਕੇ ਸੁੱਖ ਦਾ ਅਤੇ ਉਹਦੀ ਫੈਲ ਲੱਗ ਜਾਂਦੀ ਆ, ਉਹਦਾ ਵੀਜ਼ਾ ਲੱਗ ਜਾਂਦਾ ਬਾਬਾ ਜੀ ਦੇ ਵਿੱਚ ਕਰਾਂ ਮਾਤਾ। ਅਤੇ ਆਪਾਂ ਜਾਣਦੇ ਨੇ ਹਿਸਟਰੀ ਜਾ ਕੇ ਅੰਦਰ ਵੀ ਕੀ ਚੀਜ਼ ਇੱਦਾਂ ਦੀ, ਆਪਾਂ ਨੇ ਵੀ ਇੱਥੇ ਲੈ ਲਿਆ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਹੁਤ ਜ਼ਿਆਦਾ ਸ਼ੋਪਸ ਨੇ, ਸਾਰੀਆਂ ਸ਼ੋਪਸ ਦੇ ਵਿੱਚ ਅਤੇ ਤੁਸੀਂ ਦੇਖ ਸਕਦੇ ਹੋ ਜਹਾਜ਼ ਪਏ ਨੇ। ਅਸੀਂ ਨੇ ਵੀ ਦੋ ਜਹਾਜ਼ ਲੈ ਲਏ। ਗੁਰਦੀਪ ਕਿਹੜੇ ਕਿਹੜੇ ਲੈ ਲਏ? ਆਹ ਦੋਨੇ ਜਹਾਜ਼ ਦੋਨੇ ਕੈਨੇਡਾ ਵਾਲੇ ਜਹਾਜ਼ ਨੇ, ਦੋਨੋਂ ਕੈਨੇਡਾ ਵਾਲੇ, ਅਸੀਂ ਦੋਨੋਂ ਲੈ ਕੇ ਜਾਣੇ ਆ ਅਤੇ ਅੰਦਰ ਚੱਲਦੇ ਆਪਾਂ ਦਰਬਾਰ ਸਾਹਿਬ ਦੇਖ ਰਹੇ ਆਪਣੇ ਆਪ ਤੇ। ਜਿੱਦਾਂ ਕਿ ਤੁਸੀਂ ਦੇਖਿਆ ਦਰਬਾਰ ਸਾਹਿਬ ਦੇ ਅੰਦਰ, ਅਤੇ ਬਾਬਾ ਜੀ ਨੇ ਵੀਡੀਓ ਨੂੰ ਬਣਾਉਣ ਦਿੱਤੀ ਪਰ ਅਸੀਂ ਨੇ ਥੋੜ੍ਹੀ ਬਹੁਤ ਬਣਾਈ ਆ ਪੁੱਛ ਕੇ ਵੀ ਸਾਰੇ ਬੰਦੇ ਜਿਹਨੇ ਸੁੱਖ ਸੁੱਖੀ ਹੁੰਦੀ ਉਹ ਆਪਣਾ ਜਹਾਜ਼ ਜਾ ਕੇ ਉੱਥੇ ਚੜ੍ਹਾ ਦਿੰਦੇ ਆ ਅਤੇ ਆਪਣੀ ਅਰਦਾਸ ਕਰ ਲੈਂਦੇ ਆ। ਅਤੇ ਮਹਾਰਾਜ ਦੇ ਇੱਥੇ ਇੰਨੀ ਜ਼ਿਆਦਾ ਸ਼ਕਤੀਆਂ ਨੇ ਆਪਾਂ ਕਹਿ ਸਕਦੇ ਹਾਂ ਨਾ, ਵੀ ਜੋ ਮਨੋਕਾਮਨਾ ਮੰਗੀ ਹੁੰਦੀ ਉਹ ਜਾ ਕੇ ਪੂਰੀ ਹੋ ਜਾਂਦੀ ਆ। ਅਤੇ ਅਸੀਂ ਨੇ ਵੀ ਆਪਣੀ ਮਨੋਕਾਮ ਮੰਗੀ ਆ ਅਤੇ ਦੇਖਦੇ ਹਾਂ ਬਾਬਾ ਜੀ ਕਿਰਪਾ ਕਰਦੇ ਆ, ਅਤੇ ਸਾਰਿਆਂ ਦੀ ਕਰਦੇ ਅਸੀਂ ਤਾਂ ਹੀ ਆਏ ਸੀਗੇ। ਅਤੇ ਅੱਗੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ। ਚਲੋ ਜੀ, ਇਹ ਵਲੌਗ 'ਚ ਤੁਸੀਂ ਦੇਖ ਲਿਆ, ਕਈਆਂ ਦੇ ਮੈਸੇਜ ਆਏ ਸੀਗੇ ਵੀ
ਜਹਾਜ਼ਾਂ ਵਾਲਾ ਗੁਰਦੁਆਰਾ ਕਿੱਥੇ ਆ? ਜਹਾਜ਼ਾਂ ਵਾਲਾ ਗੁਰਦੁਆਰਾ ਮੇਰੇ ਪਿੱਛੇ ਤੁਸੀਂ ਦੇਖ ਚੁੱਕੇ ਹੋ ਅਤੇ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਇੱਥੇ ਅਰਦਾਸ ਕਰਾਉਂਦੇ ਨੇ ਅਤੇ ਅਖੰਡ ਪਾਠ ਸਾਹਿਬ ਤੁਸੀਂ ਦੇਖ ਚੁੱਕੇ ਹੋ ਅੰਦਰ ਕਿੰਨੇ ਜ਼ਿਆਦਾ ਖੁੱਲ੍ਹੇ ਹੋਏ ਨੇ। ਹਰ ਬੰਦਾ ਆਪਣੀ ਮਨੋਕਾਮਨਾ ਪੂਰੀ ਕਰਨ ਤੋਂ ਬਾਅਦ ਇੱਥੇ ਅਖੰਡ ਪਾਠ ਸੁੱਖਿਆ ਹੁੰਦਾ ਤਾਂ ਉਹਦਾ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਇੱਥੇ ਅਤੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ। ਅੱਜ ਤੁਸੀਂ ਦੇਖਣ ਲੜੀ ਦੇ ਮੁਤਾਬਕ ਅੰਦਰ ਕਿੰਨੇ 42 ਤੋਂ 43 ਅਖੰਡ ਪਾਠ ਸਾਹਿਬ ਪ੍ਰਕਾਸ਼ ਸੀਗੇ ਅਤੇ ਇੱਦਾਂ ਇੱਥੋਂ ਜਹਾਜ਼ ਲੈ ਜਾਂਦੇ ਨੇ ਅਤੇ ਅੰਦਰ ਜਾ ਕੇ ਆਪਣੀ ਅਰਦਾਸ ਪੂਰੀ ਕਰਦੇ ਨੇ। ਜਿਹੜੇ ਵੀਰਾਂ ਦਾ ਨਹੀਂ ਵੀਜ਼ਾ ਲੱਗ ਰਿਹਾ, ਭੈਣਾਂ ਦਾ ਨਹੀਂ ਲੱਗਦਾ, ਉਹ ਇੱਥੇ ਆ ਕੇ ਮਨੋਕਾਮਨਾ ਆਪਣੀ ਪੂਰੀ ਕਰ ਸਕਦੇ ਨੇ, ਹੈ ਨਾ, ਇੱਕ ਵਾਰ ਟਰਾਈ ਕਰ ਸਕਦੇ ਨੇ। ਬਾਬਾ ਜੀ ਜ਼ਰੂਰ ਸੁਣਦੇ ਨੇ, ਇੱਥੇ ਬਹੁਤ ਜ਼ਿਆਦਾ ਕਰਮਤੀ ਨੇ, ਇਹ ਬਹੁਤ ਜ਼ਿਆਦਾ ਕਰਨੀ ਵਾਲੇ ਨੇ, ਬਹੁਤ ਦੂਰ ਦੂਰ ਤੱਕ ਨਾਮ ਫੈਲਿਆ ਜਹਾਜ਼ਾਂ ਵਾਲਾ ਗੁਰਦੁਆਰਾ। ਮੈਂ ਤਾਂ ਲਿੰਕ ਵੀ ਪਾ ਦੂੰਗਾ ਅਤੇ ਮੈਪ ਦਾ ਜਿਹੜਾ ਲਿੰਕ ਉਹ ਵੀ ਪਾ ਦੂੰਗਾ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਜਾ ਕੇ ਇੱਥੇ ਆ ਕੇ ਆਪਣੀ ਮਨੋਕਾਮਨਾ ਪੂਰੀ ਕਰ ਸਕਦੇ ਹੋ। ਜਿਨ੍ਹਾਂ ਦੇ ਨਹੀਂ ਵੀਜ਼ੇ ਲੱਗ ਰਹੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ। ਚਲੋ ਜੀ, ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ।